ਅਸੀਂ ਮੌਜੂਦ ਹਾਂ ਐਜੂ ਹੋਮ ਇੰਸਟੀਚਿਊਟ ਦੇ ਵਿੱਚ ਜੋ ਕਿ ਲੁਧਿਆਣਾ ਦੇ ਫਾਊਂਟੇਨ ਚੌਂਕ ਦੇ ਵਿੱਚ ਸਥਿਤ ਹੈ। ਐਜੂ ਹੋਮ ਇੰਸਟੀਚਿਊਟ ਆਪਣੀ ਇੰਟਰਨੈਸ਼ਨਲ ਪਲੇਸਮੈਂਟ ਸਰਵਿਸਿਜ਼ ਦੇ ਲਈ ਜਾਣਿਆ ਜਾਂਦਾ ਹੈ ਤੇ ਸਾਡੇ ਨਾਲ ਮਿਸਟਰ ਹਰੀਸ਼ ਜੀ ਮੌਜੂਦ ਨੇ। ਹਰੀਸ਼ ਜੀ ਤੋਂ ਪੁੱਛ ਲੈਂਦੇ ਹਾਂ ਐਜੂ ਹੋਮ ਇੰਸਟੀਚਿਊਟ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਸਰ ਕੀ ਕਹਿਣਾ ਚਾਹੁੰਦੇ? ਐਜੂ ਹੋਮ ਇੰਸਟੀਚਿਊਟ ਦਾ ਪ੍ਰਾਇਮਰੀ ਵਰਕ ਆਫ ਆਵਰ ਇੰਸਟੀਚਿਊਟ ਇਜ਼ ਅ ਟ੍ਰੇਨਿੰਗ ਐਂਡ ਪਲੇਸਮੈਂਟ ਐਂਡ ਵੀ ਪ੍ਰੋਵਾਈਡ ਟ੍ਰੇਨਿੰਗ ਟੂ ਦੀ ਸਟੂਡੈਂਟਸ ਆਫ ਡਿਫਰੈਂਟ ਕੰਟਰੀਜ਼ like all over Canada, USA, UK, Europe, Gulf countries and we train the persons and send to these countries for accounting and taxation purposes and we also train the youth of all these countries through online mode also and here Mr. Barrigay Cyrus is with us. He has spent 7 years in India. He has done BBA and MBA from PCT college and after doing MBA from PCT he came to us and take a practical knowledge of taxation, how accounting of any company is made and how taxation system of India and Uganda. He learned a lot and now he is going back to Uganda on Monday. Now after going to Uganda he want to open a company there and he want to manage his accounts by himself. So he got a very good training. He is a very good student and many of our students now has been settled in various countries and they are doing very good job there of accounting and taxation purposes. So we welcome all youth of India and all persons of who are interested to settle there, come to us. We have a very good opportunity. We will provide training, accounts and taxation training of various countries and help them to placement, help them for their placement. Thank you. ਮੌਜੂਦ ਨੇ ਐਜੂ ਹੋਮ ਇੰਸਟੀਚਿਊਟ ਦੇ ਟ੍ਰੇਨਰ ਮਿਸਟਰ ਪ੍ਰਦੀਪ ਜੀ। ਪ੍ਰਦੀਪ ਜੀ ਤੋਂ ਪੁੱਛ ਲੈਂਦੇ ਹਾਂ। ਪ੍ਰਦੀਪ ਜੀ, ਕਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਮੋਟੀਵੇਟ ਕਰਦੇ ਹੋ? ਸਰ ਪਹਿਲਾਂ ਆਪਣਾ ਨਾਮ ਦੱਸ ਕੇ ਇੰਟਰੋਡਕਸ਼ਨ ਦੇ ਦਿਓ। ਮਾਈਸੈਲਫ ਪ੍ਰਦੀਪ ਮੱਕੜ, ਬਾਈ ਪ੍ਰੋਫੈਸ਼ਨ ਆਈ ਐਮ ਅ ਚਾਰਟਰਡ ਅਕਾਊਂਟੈਂਟ ਔਰ ਅਸੀਂ ਇੱਥੇ ਆਪਣਾ ਪੰਜਾਬ ਦੇ ਵਿੱਚ ਜੋ ਬੱਚੇ ਬਾਹਰ ਜਾਣ ਲਈ ਵਰਕਿੰਗ ਕਰਦੇ ਆ, ਆਪਾਂ ਉਹਨਾਂ ਨੂੰ ਜਿਵੇਂ ਬੱਚੇ ਨੇ ਵੀਜ਼ਾ ਲਗਵਾ ਲਿਆ ਜਾਂ ਬੱਚਾ ਆਈਲੈਟਸ ਕਰ ਰਿਹਾ ਹੈ ਅਤੇ ਅਸੀਂ ਉਹਨਾਂ ਨੂੰ ਪ੍ਰੈਕਟੀਕਲੀ ਉਹਦੇ ਨਾਲ ਨਾਲ ਅਕਾਊਂਟਸ, GST, ਇਨਕਮ ਟੈਕਸ, ਜੋ ਵੀ ਕੈਨੇਡਾ ਦਾ ਸਾਰਾ ਕੰਮ ਹੈ, ਜਿਵੇਂ ਬੱਚਿਆਂ ਦਾ ਮੋਸਟਲੀ ਟਾਰਗੇਟ ਹੁੰਦਾ ਕਿ ਅਸੀਂ ਕੈਨੇਡਾ ਜਾਣਾ ਹੈ ਜਾਂ ਬੱਚਿਆਂ ਨੇ ਆਸਟ੍ਰੇਲੀਆ ਜਾਣਾ ਹੈ ਜਾਂ ਬੱਚਿਆਂ ਨੇ ਨਿਊਯਾਰਕ ਜਾਣਾ ਹੈ, ਜਿੱਥੇ ਵੀ ਬੱਚਿਆਂ ਨੇ ਜਾਣਾ ਅਸੀਂ ਉੱਥੇ ਦੀ ਅਕਾਊਂਟਿੰਗ, ਉੱਥੇ ਦਾ GST, ਉੱਥੇ ਦੇ ਸੋਫਟਵੇਅਰ, ਐਕਸਲ, ਜੋ ਵੀ ਉੱਥੇ ਕਿਊਕ ਬੁੱਕ ਵਗੈਰਾ ਜੋ ਵੀ ਸੋਫਟਵੇਅਰ ਉੱਥੇ ਚੱਲਦੇ ਆ, ਅਸੀਂ ਉਹਦੀ ਪ੍ਰੋਪਰ ਟ੍ਰੇਨਿੰਗ ਬੱਚਿਆਂ ਨੂੰ ਇੱਥੇ ਪ੍ਰੈਕਟੀਕਲੀ ਔਨਲਾਈਨ ਕੈਨੇਡਾ ਤੋਂ ਲੈ ਕੇ ਕਰਵਾਈ ਜਾਂਦੀ ਹੈ ਤਾਂ ਕਿ ਬੱਚੇ ਜਿਹੜੇ ਹੈਗੇ ਉੱਥੇ ਜਾ ਕੇ ਉਹ ਕੰਮ ਨੂੰ ਪ੍ਰੋਫੈਸ਼ਨਲੀ ਕਰ ਪਾਉਣ। ਨਾਲ ਅਸੀਂ ਉੱਥੇ ਦਾ ਸੋਫਟਵੇਅਰ ਬੱਚਿਆਂ ਨੂੰ ਲੈ ਦਿੰਦੇ ਹਾਂ। ਇਸ ਸੋਫਟਵੇਅਰ ਦੇ ਨਾਲ ਕੀ ਹੈ ਕਿ ਬੱਚੇ ਪ੍ਰੋਫੈਸ਼ਨਲੀ ਇਸ ਕੰਮ ਨੂੰ ਕਰ ਪਾਉਂਦੇ ਆ, ਉੱਥੇ ਜਾ ਕੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਇਸ ਲਈ ਅਸੀਂ ਉੱਥੇ ਦੇ ਜਿਹੜੇ ਟ੍ਰੇਨਰਸ ਹੈਗੇ ਆ, ਜਿਹੜੇ ਸਾਡੇ ਅਕਾਊਂਟਿੰਗ ਪ੍ਰੋਫੈਸ਼ਨਲਸ ਹੈਗੇ ਉੱਥੇ ਦੇ, ਅਸੀਂ ਉਹਨਾਂ ਤੋਂ ਟ੍ਰੇਨਿੰਗ ਵੀ ਦਿਲਵਾਉਂਦੇ ਹਾਂ ਅਤੇ ਉੱਥੋਂ ਦੀ ਜਾਣ ਤੋਂ ਬਾਅਦ ਉਹਨਾਂ ਨੂੰ ਉੱਥੋਂ ਸਪੋਰਟ ਵੀ ਦਿਲਵਾਉਂਦੇ ਹਾਂ ਤਾਂ ਕਿ ਬੱਚੇ ਪ੍ਰੈਕਟੀਕਲੀ ਕੰਮ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਅਤੇ ਬੱਚੇ ਪਾਰਟ ਟਾਈਮ ਜੋ ਟਾਈਮ ਉੱਥੇ ਟਾਈਮ ਆਪਣੇ ਐਜੂਕੇਸ਼ਨ ਵੀਜ਼ਾ ਦੇ ਵਿੱਚ, ਸਟੱਡੀ ਵੀਜ਼ਾ ਦੇ ਨਾਲ ਲਗਾਉਂਦੇ ਆ, ਉਹਦੇ ਵਿੱਚ ਅਕਾਊਂਟਸ ਦਾ ਕੰਮ ਕਰ ਪਾਉਣ, ਕਿਊਕ ਬੁੱਕ ਸੋਫਟਵੇਅਰ ਹੋ ਗਿਆ ਜਾਂ ਉਸ ਤਰ੍ਹਾਂ ਦੇ ਪ੍ਰੋਫੈਸ਼ਨਲ ਕੰਮ ਕਰ ਪਾਉਣ ਜਿਹਦੇ ਨਾਲ ਕਿ ਉਹਨਾਂ ਨੂੰ ਲੇਬਰ ਨਾ ਕਰਨੀ ਪਵੇ। ਆਪਾਂ ਸਾਰੇ ਜਾਣਦੇ ਕਿ ਬੱਚੇ ਬਾਹਰ ਜਾ ਕੇ ਮੋਸਟਲੀ ਲੇਬਰ ਦਾ ਕੰਮ ਕਰਦੇ ਆ ਅਤੇ ਇਹਦੇ ਨਾਲ ਬੱਚਿਆਂ ਨੂੰ ਲੇਬਰ ਨਹੀਂ ਕਰਨੀ ਪੈਂਦੀ, ਬਲਕਿ ਇੱਕ ਆਫੀਸਰ ਲੈਵਲ ਦਾ ਜਾਂ ਆਫੀਸ਼ੀਅਲ ਜੋਬ ਉਹਨਾਂ ਨੂੰ ਆਰਾਮ ਨਾਲ ਮਿਲ ਜਾਂਦੀ ਹੈ ਅਤੇ ਇਹਦੀ ਜਿਹੜੀ ਅਰਨਿੰਗ ਹੈ ਉਹ ਫਿਊਚਰ ਦੇ ਵਿੱਚ ਲੌਂਗ ਰਨ ਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ ਲੇਬਰ ਦੇ ਨਾਲੋਂ। ਇੱਕ ਡਰਾਈਵਿੰਗ ਕਰਕੇ ਬੱਚਾ ਜਿਹੜਾ ਹੈਗਾ ਸਾਰਾ ਦਿਨ ਲੇਬਰ ਕਰਦਾ, ਉਹਨਾਂ ਚੰਗਾ ਬੰਦਾ ਇੱਕ ਆਫਿਸ ਦੇ ਵਿੱਚ ਬੈਠ ਕੇ ਜਦੋਂ ਉਹ ਕੰਮ ਕਰਦਾ ਤਾਂ ਉਹਦਾ ਬਿਲਕੁਲ ਲੈਵਲ ਆਫ ਵਰਕਿੰਗ, ਉਹਦੀ ਅੰਡਰਸਟੈਂਡਿੰਗ, ਉਹਦੀ ਇੱਕ ਵਰਕਿੰਗ ਕੈਪੇਬਿਲਿਟੀ ਬਿਲਕੁਲ ਚੇਂਜ ਹੋ ਜਾਂਦੀ ਹੈ ਅਤੇ ਉਹਦੇ ਜਿਹੜਾ ਇਹ ਇੰਪੈਕਟ ਨਜ਼ਰ ਆਉਂਦਾ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਜਿਹੜੇ ਬੱਚੇ ਕੰਮ ਸਿੱਖਣਾ ਚਾਹੁੰਦੇ, ਅਸੀਂ ਉਹਨਾਂ ਨੂੰ ਇੰਡੀਆ ਦਾ ਪੂਰਾ ਅਕਾਊਂਟਸ, GST, ਇਨਕਮ ਟੈਕਸ, ਬੈਂਕਿੰਗ ਦਾ ਸਾਰਾ ਕੰਮ ਸਿਖਾ ਕੇ ਉਹਨਾਂ ਨੂੰ ਜੋਬਸ 'ਤੇ ਲਗਵਾ ਦਿੰਦੇ ਹਾਂ ਤਾਂ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਹੁਣੇ ਆਹ ਆਪਾਂ ਇੱਕ ਈਵੈਂਟ ਕੀਤਾ ਹੋਇਆ, ਉਸ ਈਵੈਂਟ ਦੇ ਵਿੱਚ ਅਸੀਂ ਬੱਚੇ ਉਹ ਸਾਰਿਆਂ ਨੂੰ ਸਨਮਾਨਿਤ ਕੀਤਾ ਜਿਹੜੇ ਬੱਚੇ ਜੋਬ 'ਤੇ ਲੱਗ ਚੁੱਕੇ ਆ। ਉਹਦੇ ਵਿੱਚ ਸਾਡੇ ਬੱਚੇ ਸ਼੍ਰੀ ਨਰਾਇਣਾ ਇੰਸਟੀਚਿਊਟ ਦੇ ਵਿੱਚ ਲੱਗੇ ਹੈ, ਨਰਾਇਣਾ ਈ ਸਕੂਲਸ ਹੈ ਨਵਾਂ ਸਕੂਲ, ਇੱਕ ਇਹਨਾਂ ਦੇ 800 ਦੇ ਕਰੀਬ ਸਕੂਲਸ ਹੈਗੇ ਇੰਡੀਆ ਦੇ ਵਿੱਚ ਅਤੇ ਇਹਨਾਂ ਦੇ ਵਿੱਚ ਸਾਡੇ ਬੱਚੇ ਲੱਗੇ ਹੈ। ਉਸ ਤੋਂ ਇਲਾਵਾ ਸਾਡੇ ਬੱਚੇ ਆਪਣਾ HDFC ਬੈਂਕ ਦੇ ਵਿੱਚ ਅਪੁਆਇੰਟ ਹੋਏ ਹੈ। ਦੈਨ ਉਸ ਤੋਂ ਬਾਅਦ ਜਿਹੜੇ ਆਪਣਾ ਅਲੱਗ ਅਲੱਗ ਇੰਡਸਟਰੀਜ਼ ਹੈ, ਜਿਵੇਂ ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਆਪਣੇ ਪੰਜਾਬ ਦੇ ਵਿੱਚ ਹੈਗੀਆਂ, ਉਹਨਾਂ ਦੇ ਵਿੱਚ ਸਾਡੇ ਬੱਚਿਆਂ ਦੀ ਪਲੇਸਮੈਂਟਸ ਹੋਈਆਂ, ਉਹਨਾਂ ਸਾਰਿਆਂ ਨੂੰ ਅਸੀਂ ਸਨਮਾਨਿਤ ਕੀਤਾ ਹੈ। ਐਂਡ ਆਈ ਵਾਂਟ ਟੂ ਕੰਕਲੂਡ ਬਾਈ ਥੈਂਕਿੰਗ ਦ ਨਿਊਜ਼ DNN
which has come here to support us and to take the information about me and also the management, Eduhome Institute. I really thank you. Thank you very much for your time. Thank you very much for your support. Whatever thing you're doing, you're contributing, I really appreciate. And on behalf of the Institute, we thank you. We thank you. We can't stop thanking you. You are very good people. Continue supporting us. Thank you very much. मेरा नाम राशि है. मैंने अपनी 12th आर्ट से करी है और अब मैं बीए कर चुकी हूँ. मैं एजुहोम इंस्टीट्यूट से CFP कोर्स कर रही हूँ. मैंने बेसिक सीख लिया है और अब मैंने इंडस्ट्रियल अकाउंटिंग में मैंने टैली सीखी है और मैनुअल भी कर चुकी हूँ. प्रैक्टिकली सब कुछ हो चुका है. स्टोर मैनेजमेंट भी कर लिया है. अब मैं GST कर रही थी. GST में मैंने ईवे बिल भी सीख लिया है और अब मैं आगे भी सीख रही हूँ और सीखना चाहती हूँ. Subscribe to our YouTube channel News DNN by clicking the bell icon. Don't forget to like, comment and share.